ਡੇ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਹੁਣ ਹਰ ਖਬਰ ਤੁਹਾਡੇ ਤੱਕ ਤੁਹਾਡੇ ਕੰਨ ਤੂਰੇ ਜਗਦੀਪ 24-25 ਨੂੰ ਸਾਡੇ ਕੋਲੇ ਟਰੈਕਟਰ ਮਾਰਕੀਟ ਦੇ ਵਿੱਚ ਸਾਮਰ ਹੋਣੇ ਗਏ ਸੀਗੇ ਉਸ ਤੋਂ ਬਾਅਦ ਇਸ ਟਾਈਮ ਵਾਪਸ ਆ ਕੇ ਬਿਮਾਰ ਹੋ ਗਏ ਬਿਮਾਰ ਹੋਣ ਤੋਂ ਬਾਅਦ ਉਸ ਤੋਂ ਬਾਅਦ ਡਾਕਟਰ ਕੀਤਾ ਗਿਆ ਪਸੰਦ ਮਿੱਤਲ ਦੇ ਡੀ ਐਮ ਸੀ ਪੀ ਜੀ ਆਈ ਬਰਨਾਲੇ ਅੱਜ ਸਾਡੇ ਸਭਾ ਦੇ ਨੇ ਸਾਡੇ ਕਿਸਾਨ ਮੋਰਚੇ ਦੇ ਸ਼ਹੀਦ ਨੇ ਗਏ ਅਸੀਂ ਸਲਾਮ ਕਰਦੇ ਹਾਂ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਹਾਂਜੀ ਸਾਨੂੰ ਪ੍ਰੀਤਮ ਸਿੰਘ ਅਤੇ ਜਗਦੀਪ ਸੰਦੇਵੜਾ ਉਰਫ ਮਿੰਟੂ ਹਾਂਜੀ ਮੇਰਾ ਮਿੱਤਰ ਹੈ ਅਸੀਂ 25 ਜਨਵਰੀ ਨੂੰ ਉੱਥੇ ਦਿੱਲੀ ਪਹਿਲਾਂ ਟਿੱਕਰੀ ਬਾਰਡਰ 'ਤੇ ਉਸ ਤੋਂ ਬਾਅਦ ਸਿੰਘੂ ਬਾਰਡਰ 'ਤੇ ਗਏ ਉਸ ਤੋਂ ਬਾਅਦ 27 ਨੂੰ ਇਹਦੀ ਹਾਲਤ ਖਰਾਬ ਹੋਣ ਕਰਕੇ ਉੱਥੋਂ ਅਸੀਂ ਵਾਪਸ ਲੈ ਆਏ ਨੂੰ ਉਸ ਤੋਂ ਬਾਅਦ ਇਹ ਬਿਮਾਰ ਹੋ ਗਿਆ ਇਹਨੂੰ ਹਸਪਤਾਲ 'ਚ ਦਵਾਈ ਉਸ ਤੋਂ ਬਾਅਦ ਇਹ ਐਡਮਿਟ ਹੋਇਆ ਪੀ ਐਮ ਸੀ ਅਤੇ ਓਪਰੇਸ਼ਨ ਹੋਇਆ ਓਪਰੇਸ਼ਨ ਤੋਂ ਬਾਅਦ ਠੀਕ ਨਾ ਹੁੰਦਾ ਹੋਇਆ ਅਤੇ ਅਸੀਂ ਕ੍ਰਾਂਤੀਕਾਰੀ ਯੂਨੀਅਨ ਨਾਲ ਜੁੜੇ ਹੋਣ ਉਹਨਾਂ ਦੇ ਸਮਰਥਨ ਵਜੋਂ ਗਏ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੈਂ ਮਨਜੀਤ ਰਾਜ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਹਾਂਜੀ ਇਹ ਜਿਹੜਾ ਅੱਜ ਘਟਨਾ ਹੋਈ ਹੈ ਜਿਹੜਾ ਮੋਰਚੇ ਦੇ ਵਿੱਚੋਂ ਆਇਆ ਆਗੂ ਸ਼ਹੀਦ ਹੋਇਆ ਇਹਦੇ ਬਾਰੇ ਤੁਸੀਂ ਹਾਂਜੀ ਇਹ ਜਿਹੜੇ 26 ਤਰੀਕ ਕੀ ਨਾਮ ਕੀ ਹੈ ਜਦੋਂ ਜਗਦੀਪ ਸਿੰਘ ਸਰਪਤ ਦੁਰਗਾ ਰਾਮ ਹਾਂਜੀ ਅਜੰਡਾ ਰੋਡ ਵਾਸੀ ਬਰਨਾਲਾ ਹਾਂਜੀ ਇਹ 26 ਤਰੀਕ ਦੀ ਜਿਹੜੇ ਟਰੈਕਟਰ ਮਾਰਚ ਸੀ ਉਹਦੇ ਸ਼ਾਮਲ ਹੋਣ ਵਾਸਤੇ ਗਏ ਸੀਗੇ ਹਾਂਜੀ 25 ਨੂੰ ਉੱਥੇ ਚੱਲੇ 26 ਨੂੰ ਉੱਥੇ ਸ਼ਾਮਲ ਹੋਏ ਨੇਗੇ 27 ਨੂੰ ਵਾਪਸ ਆਏ ਨੇਗੇ ਉਸ ਤੋਂ ਬਾਅਦ ਇਹ ਸਿਹਤ ਅਚਾਨਕ ਖਰਾਬ ਹੋਣ ਕਰਕੇ ਇਹਨੂੰ ਪ੍ਰਸ਼ਾਂਤ ਮਿੱਤਲ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਉੱਤਰ ਕਬਰ ਨਾ ਹੋਣ ਤੋਂ ਬਾਅਦ ਡੀ ਐਮ ਸੀ ਲੁਧਿਆਣੇ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਪੀ ਜੀ ਆਈ ਕਰਾਇਆ ਗਿਆ ਜਿਸ 'ਤੇ ਉਹ ਕੋਮਾ ਚਲਿਆ ਗਿਆ ਆਪਣੇ ਡੀ ਐਮ ਸੀ ਕੋਮਾ ਚਲਿਆ ਗਿਆ ਅਤੇ ਉਸ ਤੋਂ ਬਾਅਦ ਪੀ ਜੀ ਆਈ ਚਲਿਆ ਗਿਆ ਹੁਣ ਇਹ ਸਿਵਸਤ ਬਰਨਾਲਾ 'ਚ ਅਖੀਰ ਇਹਦਾ ਤੋੜਿਆ ਇਹਨਾਂ ਨੇ ਇਹ ਸਾਡੇ ਮੋਰਚੇ ਦੇ ਸ਼ਹੀਦ ਨੇਗੇ ਹੁਣ ਤੁਸੀਂ ਸਰਕਾਰ ਤੋਂ ਕੀ ਡਿਮਾਂਡ ਕਰਦੇ ਹੋ ਸਰਕਾਰ ਤੋਂ ਅਸੀਂ ਇਹ ਡਿਮਾਂਡ ਕਰਦੇ ਹਾਂ ਵੀ ਇਹ ਸਾਡੇ ਮੋਰਚੇ ਦੇ ਸ਼ਹੀਦ ਨੇਗੇ ਮੋਰਚੇ ਦੇ ਯੋਧੇ ਨੇਗੇ ਅਤੇ ਫਰੰਟ ਲਾਈਨ 'ਤੇ ਲੜਨ ਵਾਲੇ ਅਤੇ ਇਹਨਾਂ ਲਈ ਜੋ ਵੀ ਮਾਪਦੰਡ ਹੈਗਾ 10 ਲੱਖ ਰੁਪਈਆ ਅਤੇ ਬੱਚੇ ਨੌਕਰੀ ਦੀ ਮੰਗ ਕਰਦੇ ਹੈਗੇ ਪ੍ਰਸ਼ਾਸਨ ਤੋਂ ਜੇ ਅਗਰ ਇਹ ਆਪਣੇ ਕੋਵਿਡ ਨੂੰ ਮੁੱਖ ਰੱਖਦੇ ਸੀ ਅੱਜ ਅਸੀਂ ਸੰਖੇਪ ਤੌਰ 'ਤੇ ਮੈਂ ਕੱਲ੍ਹ ਅੱਜ 1-2 ਬੰਦੇ ਮੇਰੇ ਆਗੂ ਸਾਹਿਬਾਨ ਆਏ ਨੇਗੇ ਜੇ ਲੋੜ ਪਈ ਤਾਂ ਅਸੀਂ ਆਪਣੇ ਡੀ ਸੀ ਦਫ਼ਤਰ ਜਾਂ ਹੋਰ ਜਿੱਥੇ ਵੀ ਸਾਨੂੰ ਲੋੜ ਪਈ ਪ੍ਰਸ਼ਾਸਨ ਨੂੰ ਘੇਰਨ ਦੀ ਕੋਸ਼ਿਸ਼ ਕਰਾਂਗੇ ਜੇ ਨਾ ਆਏ ਸਾਡੇ ਮੰਗਾਂ ਮੰਨੇ ਠੀਕ ਹੈ ਥੈਂਕ ਯੂ ਕਰਦੇ ਕੱਟਦੇ ਨੋਟ ਨਹੀਂ ਆਉਂਦਾ ਕੰਮ